ਕੁਦਰਤ ਹਰ ਤਰ੍ਹਾਂ ਦੇ ਦਰਦ ਤੋਂ ਛੁਟਕਾਰਾ ਦਿਵਾਉਂਦੀ ਹੈ। ਇਸੇ ਤਰ੍ਹਾਂ ਸ਼ੁੱਧ ਮਿੱਟੀ ਸਰੀਰ ਨੂੰ ਚੰਗਾ ਕਰ ਸਕਦੀ ਹੈ। ਗਿੱਲੇ ਮੋਟੇ ਕੱਪੜੇ ਦਾ ਪਲਾਸਟਰ ਸਰੀਰ ਨੂੰ ਬਹੁਤ ਰਾਹਤ ਦੇਵੇਗਾ। ਇਸ ਨਾਲ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਘੱਟ ਪੈਸੇ ਨਾਲ ਠੀਕ ਹੁੰਦੀਆਂ ਨੇ। ਭਾਵੇਂ ਕੈਂਸਰ ਹੋਵੇ ਜਾਂ ਦਮਾ, ਗਠੀਆਂ ਜਾਂ ਬਲੱਡ ਪ੍ਰੈਸ਼ਰ, ਸ਼ੂਗਰ ਤੇ ਅਧਰੰਗ, ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿੱਟੀ ਦੀ ਥੈਰੇਪੀ ਹੈ। ਜੀ ਹਾਂ, ਜਦੋਂ ਵਿਗਿਆਨ ਦੇ ਯੁੱਗ ਵਿੱਚ ਹੁੰਦਾ ਹੈ, ਜਦੋਂ ਮਨੁੱਖ ਕਈ ਕਿਸਮਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਪੀੜਿਤ ਹੈ ਤੇ ਇਲਾਜ ਦੇ ਵੱਖੋ ਵੱਖਰੇ ਆਧੁਨਿਕ ਤਰੀਕਿਆਂ ਦੀ ਸਹੂਲਤ ਪ੍ਰਾਪਤ ਕਰਦਾ ਹੈ। ਇਸ ਕਾਰਨ ਮਰੀਜ਼ ਨੂੰ ਦਵਾਈਆਂ ਦੇ ਹੋਰ ਮਾੜੇ ਪ੍ਰਭਾਵਾਂ ਤੋਂ ਪੀੜਿਤ ਹੋਣ ਤੋਂ ਇਲਾਵਾ ਬਹੁਤ ਸਾਰਾ ਪੈਸਾ ਖਰਚ ਕਰਨਾ ਪੈਂਦਾ ਹੈ। ਹਾਲਾਂਕਿ ਉੜੀਸਾ ਦੀ ਰਾਜਧਾਨੀ ਵਿੱਚ ਇੱਕ ਰਵਾਇਤੀ ਆਯੁਰਵੈਦਿਕ ਡਾਕਟਰ ਗੁਰਚਰਨ ਜੀ ਨਾਲ ਇਲਾਜ ਲਈ ਪੂਰੀ ਤਰ੍ਹਾਂ ਨਾਲ ਕੁਦਰਤੀ ਢੰਗ ਦਾ ਸਹਾਰਾ ਲੈਂਦੇ ਨੇ, ਜੋ ਮਿੱਟੀ, ਪਾਣੀ, ਹਵਾ, ਸੂਰਜ ਦੀ ਕਿਰਨਾਂ ਆਦਿ ਦੇ 5 ਸਿਧਾਂਤਾਂ ਦੇ ਆਧਾਰ ਤੇ ਆਧਾਰਿਤ ਹੈ ਤੇ ਇਸ ਤੋਂ ਕੋਈ ਮਾੜੇ ਪ੍ਰਭਾਵਾਂ ਦਾ ਅਨੁਭਵ ਨਹੀਂ ਹੁੰਦਾ। ਚਾਹੇ ਇਹ ਕੈਂਸਰ, ਸ਼ੂਗਰ, ਬਲੱਡ ਪ੍ਰੈਸ਼ਰ ਕਿਸਮ ਦੀ ਗੰਭੀਰ ਬਿਮਾਰੀ ਹੋਵੇ, ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇੱਥੋਂ ਘੱਟੋ ਘੱਟ ਖਰਚੇ ਉੱਤੇ ਇਲਾਜ ਕੀਤਾ ਜਾ ਸਕਦਾ ਹੈ। ਇਹ ਕੁਦਰਤੀ ਉਪਚਾਰ ਆਯੁਰਵੇਦ ਦਾ ਇੱਕ ਹਿੱਸਾ ਹੈ। ਇੱਕ ਖਾਸ ਕਿਸਮ ਦੇ ਇਲਾਜ ਲਈ ਦੂਰੋਂ ਦੂਰੋਂ ਮਰੀਜ਼ ਸਵੇਰ ਤੋਂ ਸ਼ਾਮ ਤੱਕ ਗੁਰਚਰਨ ਜਿਹਨਾਂ ਕੋਲ ਲੋਕ ਆਉਂਦੇ ਨੇ। ਉਹ ਇਲਾਜ ਤੋਂ ਲਾਭ ਪ੍ਰਾਪਤ ਕਰਦੇ ਨੇ ਤੇ ਠੀਕ ਹੋ ਜਾਂਦੇ ਨੇ ਤੇ ਘਰ ਵਾਪਸ ਪਰਤ ਜਾਂਦੇ ਨੇ। 75 ਸਾਲਾਂ ਦਾ ਗੁਰਚਰਨ ਜਿਹਨਾਂ ਪਿਛਲੇ 45 ਸਾਲਾਂ ਤੋਂ ਇਸ ਮੁਹਿੰਮ ਵਿੱਚ ਜੁਟੇ ਨੇ। ਉਹਨਾਂ ਨੇ ਪੈਸੇ ਦੀ ਪਰਵਾਹ ਨਹੀਂ ਕੀਤੀ ਤੇ ਹੁਣ ਤੱਕ 50,000 ਤੋਂ ਵੱਧ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਨੇ। ਮੱਡ ਥੈਰੇਪੀ ਸਭ ਤੋਂ ਵਧੀਆ ਇਲਾਜ ਹੈ। ਸ਼ੁੱਧ ਮਿੱਟੀ ਚੰਦਕਾ ਜੰਗਲ ਤੋਂ ਇਕੱਠੀ ਕੀਤੀ ਜਾਂਦੀ ਹੈ। ਹਰ ਕਿਸਮ ਦੀਆਂ ਬਿਮਾਰੀਆਂ ਦਾ ਚਿੱਕੜ ਅਤੇ ਪਾਣੀ ਦੀ ਮਦਦ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਇੱਕ ਤੋਂ ਬਾਅਦ 200 ਦੇ ਲਗਭਗ ਇਲਾਜ ਕੀਤੇ ਜਾਂਦੇ ਹਨ। ਜਦੋਂ ਗੁਰਚਰਨ ਖੇਤੀਬਾੜੀ ਵਿੱਚ ਖੋਜ ਕਰ ਰਹੇ ਸਨ ਤਾਂ ਉਹਨਾਂ ਕੁਦਰਤੀ ਤਰੀਕਿਆਂ ਦੇ ਇਲਾਜ ਦੀ ਸਿਖਲਾਈ ਲਈ। ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਇੱਕ ਸੰਸਥਾ ਤੋਂ ਨੈਚੁਰੋਪੈਥੀ ਵਿੱਚ ਡਿਗਰੀ ਹਾਸਲ ਕੀਤੀ। ਉਦੋਂ ਤੋਂ ਉਹਨਾਂ ਨੇ ਕੁਦਰਤ ਦੇ ਆਧਾਰ 'ਤੇ ਆਪਣਾ ਇਲਾਜ ਸ਼ੁਰੂ ਕੀਤਾ। ਹੁਣ ਉਹ ਬਹੁਤ ਸਾਰੇ ਮੁੰਡਿਆਂ ਨੂੰ ਮੁਫ਼ਤ ਸਿਖਲਾਈ ਦੇ ਰਹੇ ਨੇ। ਗੁਰਚਰਨ ਨੇ ਇਸ ਖੇਤਰ ਵਿੱਚ ਬਹੁਤ ਤਜ਼ੁਰਬਾ ਅਤੇ ਗਿਆਨ ਪ੍ਰਾਪਤ ਕੀਤਾ ਹੈ। ਉਹ ਮਿੱਟੀ, ਪਾਣੀ, ਹਵਾ, ਆਸਮਾਨ ਅਤੇ ਸੂਰਜ ਦੀਆਂ ਕਿਰਨਾਂ ਹਨ। ਉਹਨਾਂ ਸਾਰਿਆਂ ਨੂੰ ਮਿਲਾ ਕੇ ਮਿੱਟੀ ਦਾ ਪਲਾਸਟਰ ਬਣਾਇਆ ਗਿਆ ਹੈ, ਜੋ ਇਲਾਜ ਦੇ ਕੰਮ ਲਈ ਪ੍ਰਭਾਵਸ਼ਾਲੀ ਹੈ। ਮਰੀਜ਼, ਬਜ਼ੁਰਗ, ਆਯੁਰਵੈਦਿਕ ਡਾਕਟਰ ਦੇ ਇਲਾਜ ਤੋਂ ਵੀ ਸੰਤੁਸ਼ਟ ਹਨ। ਇਸ ਦੇ ਕਾਰਨ ਸਮਾਰਟ ਸਿਟੀ ਭੁਵਨੇਸ਼ਵਰ ਵਿੱਚ ਇਸ ਪ੍ਰਾਚੀਨ ਵਿਧੀ ਨਾਲ ਇਲਾਜ ਦੀ ਮੰਗ ਦਿਨੋ ਦਿਨ ਵੱਧ ਰਹੀ ਹੈ ਤੇ ਡਾਕਟਰ ਦੇ ਨਾਲ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਮਿੱਟੀ ਦੀਆਂ ਕੁਝ ਕਿਸਮਾਂ ਹਨ। ਉਹਨਾਂ ਨੂੰ ਛੋਟੇ ਪਲਾਸਟਿਕ ਦੇ ਥੇਲੇ ਵਿੱਚ ਰੱਖਿਆ ਜਾਂਦਾ ਹੈ, ਜਿਸ ਵਿੱਚ ਨਿੰਮ ਦੇ ਪੱਤਿਆਂ ਤੋਂ ਬਣਾਇਆ ਇੱਕ ਪੇਸਟ ਹੁੰਦਾ ਹੈ। ਇਸ ਵਿੱਚ ਹਲਦੀ ਕੁਝ ਮਾਤਰਾ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ, ਜਿਸ ਨੂੰ ਪਲਾਸਟਰ ਵਜੋਂ ਵਰਤਿਆ ਜਾਂਦਾ ਹੈ। ਇਸ ਇਲਾਜ ਦੇ ਜ਼ਰੀਏ ਉੜੀਸਾ ਦੇ ਸਾਬਕਾ ਰਾਜਪਾਲ ਗੋਪਾਲ ਰਾਮਾਨੁਜਨ 1998 ਵਿੱਚ ਇੱਕ ਮਹੀਨੇ ਦੇ ਅੰਦਰ ਅੰਦਰ ਠੀਕ ਹੋ ਗਏ ਸਨ। ਇਸ ਤੋਂ ਪਹਿਲਾਂ 6 ਡਾਕਟਰਾਂ ਨੇ ਉਹਨਾਂ ਦੇ ਇਲਾਜ ਉੱਤੇ 60 ਲੱਖ ਰੁਪਏ ਖਰਚ ਕੀਤੇ ਸਨ। ਅੱਜ ਦੀ ਆਧੁਨਿਕ ਟੈਕਨੋਲੋਜੀ ਤੇ ਮਹਿੰਗੇ ਇਲਾਜ ਵਿੱਚ ਜੇ ਇਲਾਜ ਦਾ ਇੱਕ ਕੁਦਰਤੀ ਤਰੀਕਾ ਪ੍ਰਸਿੱਧ ਬਣਾ ਦਿੱਤਾ ਜਾਵੇ ਤਾਂ ਬਹੁਤ ਸਾਰੇ ਲੋਕ ਬਿਨਾਂ ਕਿਸੇ ਸਮੱਸਿਆ ਦੇ ਆਸਾਨੀ ਨਾਲ ਠੀਕ ਹੋ ਸਕਦੇ ਨੇ। ETV ਭਾਰਤ ਬਿਊਰੋ ਰਿਪੋਰਟ। To watch 24/7 News Live, download ETV Bharat app.